ਜਿਹੜਾ ਆ ਪਾਰਲੀਮੈਂਟ ਇਲੈਕਸ਼ਨ ਹੈ ਐਤੀ ਬੜਾ ਅਹਿਮ ਇਸ ਲਈ ਵੀ ਹੈ ਕਿਉਂਕਿ ਇਹ ਜੰਗ ਵਿੱਚ ਇੱਕ ਪਾਸੇ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਗਵਾਈ ਕਰ ਰਹੀ ਹੈ ਪੰਜਾਬੀਆਂ ਦੀ ਕਿਸਾਨਾਂ ਦੀ ਗਰੀਬ ਦੀ ਖੇਤ ਮਜ਼ਦੂਰ ਦੀ ਵਪਾਰੀਆਂ ਦੀ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਲੁੱਟਣ ਵਾਸਤੇ ਆਉਂਦੀਆਂ ਨਾ ਉਹਨਾਂ ਨੇ ਪੰਜਾਬ ਦੀ ਤਰੱਕੀ ਕਰਾਈ ਨਾ ਕਿਸੇ ਨੂੰ ਕੋਈ ਸਹੂਲਤ ਦਿੱਤੀ ਪੰਜ ਸਾਲ ਉਹਨਾਂ ਨੇ ਆਪਣੇ ਸਾਰਿਆਂ ਦੇ ਖਰਾਬ ਕਰ ਦਿੱਤੇ ਤੁਹਾਡੇ ਸਾਹਮਣੇ ਹੈ ਕਿ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਤਿੰਨ ਉਹਨਾਂ ਵਿੱਚੋਂ ਮੈਂ ਇੱਕ ਇੱਕ ਕਰਕੇ ਉਹਨਾਂ ਦਾ ਜ਼ਿਕਰ ਕਰੂੰਗਾ ਇੱਕ ਤਾਂ ਕਾਂਗਰਸ ਪਾਰਟੀ ਹੈ ਜਿਸ ਨੇ ਦੇਸ਼ ਵਿੱਚ ਲਗਾਤਾਰ ਰਾਜ ਕੀਤਾ ਜਿਸ ਕਾਂਗਰਸ ਪਾਰਟੀ ਨੇ ਜਦੋਂ ਵੀ ਸਰਕਾਰ ਪੰਜਾਬ 'ਚ ਆਈ ਕੰਮ ਕੀ ਕਰਨਾ ਸੀ ਇਕੱਲੀ ਉਹਨਾਂ ਨੇ ਇੱਥੇ ਆ ਕੇ ਯਾਰ ਜ਼ਿਆਦਾ ਇੱਥੇ ਸਪੀਚ ਬੰਦ ਕਰ ਦਈਏ ਜਾਂ ਆਹ ਬੰਦ ਕਰ ਲਓ ਯਾਰ ਉਹ ਐ ਨਹੀਂ ਹੋਣਾ ਜਾਂ ਤਾਂ ਥੱਲੇ ਆ ਕੇ ਬਹਿ ਜਾਣ ਇੱਥੇ ਨਹੀਂ ਐ ਨਹੀਂ ਹੋਣਾ ਮੈਂ ਗੱਲ ਕਰ ਰਿਹਾ ਸੀ ਆ ਦਿੱਲੀ ਵਾਲੀਆਂ ਪਾਰਟੀਆਂ ਦੇ ਬਾਰੇ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਦੇਸ਼ ਵਿੱਚ ਰਾਜ ਕੀਤਾ ਤੇ ਆਪਣੇ ਸੂਬੇ ਵਿੱਚ ਵੀ ਪਿਛਲੇ 50 ਸਾਲਾਂ 'ਚ 15 ਸਾਲ ਉਹਨਾਂ ਦੀ ਸਰਕਾਰ ਬਣੀ ਪਰ ਇੱਕ ਵੀ ਨਿਸ਼ਾਨੀ ਉਹਨਾਂ ਦੀ ਸਰਕਾਰ ਦੀ ਤੁਹਾਨੂੰ ਸਾਹਮਣੇ ਨਹੀਂ ਮਿਲੂਗੀ ਕੱਲੀ ਕੰਮ ਨੇ ਜਿਹੜਾ ਸਭ ਤੋਂ ਵੱਡਾ ਹਮਲਾ ਇਸ ਕਾਂਗਰਸ ਪਾਰਟੀ ਨੇ ਕੀਤਾ ਖਾਲਸਾ ਜੀ ਜਿਹੜੇ ਆਪਾਂ ਸਾਰੇ ਭੁੱਲ ਗਏ ਹਾਂ ਸਿਆਣੇ ਕਹਿੰਦੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਕੌਮਾਂ ਕਮਜ਼ੋਰ ਹੋ ਜਾਂਦੀਆਂ ਮੈਨੂੰ ਲੱਗਦਾ ਆਪਾਂ ਕਮਜ਼ੋਰ ਹੋਣ ਲੱਗ ਗਏ ਹਾਂ ਆਪਾਂ ਭੁੱਲ ਗਏ ਕਿ ਕਾਂਗਰਸ ਪਾਰਟੀ ਨੇ
ਆਪਣੇ ਨਾਲ ਕੀ ਹਮਲੇ ਕੀਤੇ, ਕਿਵੇਂ ਆਪਣੀ ਨੌਜਵਾਨੀ ਮਾਰੀ, ਕਿਵੇਂ 1 ਜੂਨ ਜਿਹੜੀ ਹੁਣ 1 ਜੂਨ ਹੈ ਜਦੋਂ ਵੋਟਾਂ ਪੈਣੀ ਹੈ, ਯਾਦ ਕਰੋ 1 ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਪੰਜਾਬ ਵਿੱਚ, ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਹੁਕਮ ਦਿੱਤੇ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ, ਉਹ ਸਹੀ ਦਿਨ ਜਦੋਂ ਐਕਟੀ ਵੋਟਾਂ ਪੈ ਰਹੀਆਂ। ਖਾਲਸਾ ਜੀ ਜੇ ਆਪਾਂ ਭੁੱਲ ਜਾਵਾਂਗੇ ਤੇ ਆਪਾਂ ਭੁੱਲ ਤਾਂ ਗਏ ਹਾਂ, ਕਿਉਂਕਿ ਮੈਂ ਦੇਖਿਆ 84 ਦੇ ਅੰਦਰ ਕਾਂਗਰਸ ਦੇ ਹੁਕਮ ਤੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਹੋਇਆ। 1985 ਵਿੱਚ ਵੋਟਾਂ ਫਿਰ ਤੋਂ ਪਈਆਂ ਪੰਜਾਬ, ਕਾਂਗਰਸ ਦੇ 35 MLA ਜਿਤਾ ਦੇ ਤੁਸੀਂ। ਉਹਦੇ ਬਾਅਦ 2 ਵਾਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਤਾ ਕਾਂਗਰਸ ਦਾ, ਜਿਸ ਪਾਰਟੀ ਨੇ ਆਪਣੇ ਭੈਣ ਭਰਾ ਕਤਲ ਕੀਤੇ ਹੋਣ। ਆਪਾਂ ਨੂੰ ਹੋ ਕੀ ਗਿਆ? ਆਪਣੀ ਰਗਾਂ ਜਿਹੜਾ ਖੂਨ ਸੀ ਉਹਨੂੰ ਹੋ ਕੀ ਗਿਆ? ਤੇ ਫਿਰ ਕਹਿੰਦੇ ਆਪਾਂ ਕਿ ਆਪਾਂ ਬੜੇ ਦਲੇਰ ਹੈ। ਮੈਂ ਦੂਜੀ ਗੱਲ ਕਰਨਾ ਚਾਹੁੰਦਾ, ਦੂਜੇ ਪਾਸੇ ਜਿਹੜੀ ਸੈਂਟਰ ਦੀ ਪਾਰਟੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ। ਜਦੋਂ ਤੱਕ ਉਹਦਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਸਨ ਸੀ, ਉਦੋਂ ਉਹਨਾਂ ਨੂੰ ਹਿੰਮਤ ਨਹੀਂ ਪਈ ਕਿ ਖਾਲਸਾ ਪੰਥ ਦੇ ਉੱਤੇ ਹਮਲੇ ਕਰਨ ਦੇ, ਕਿਉਂਕਿ ਉਹ ਡਰਦੀ ਸੀ। ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਮੁੱਦੇ ਤੇ ਸਰਕਾਰ ਛੱਡੀ, ਉਹਨਾਂ ਨਾਲ ਨਾਤਾ ਤੋੜਿਆ, ਉਹਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀ ਕੌਮ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਪਿਛਲੇ ਸਾਲਾਂ ਵਿੱਚ ਤਖ਼ਤ ਹਜ਼ੂਰ ਸਾਹਿਬ ਜਿਹੜਾ ਆਪਣੇ ਤਖ਼ਤ ਸਾਹਿਬ ਉਹਦੀ ਕਮੇਟੀ ਦਾ ਕਾਨੂੰਨ ਬਦਲ ਦਿੱਤਾ, ਕਮੇਟੀ ਬਦਲ ਕੇ ਅੱਜ ਉਹਨਾਂ ਨੇ RSS ਦੇ ਕੰਟਰੋਲ ਦੇ ਦਿੱਤਾ। ਤਖ਼ਤ ਪਟਨਾ ਸਾਹਿਬ ਦੀ ਕਮੇਟੀ ਤੇ ਵੀ RSS ਦਾ ਕਬਜ਼ਾ ਹੋ ਗਿਆ, ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਗੁਰੂ ਘਰ ਸੰਭਾਲਦੀ ਹੈ ਦਿੱਲੀ, ਵੋਟਾਂ ਰਾਹੀਂ ਉੱਥੇ ਮੈਂਬਰ ਚੁਣੇ ਜਾਂਦੇ ਹੈ, ਉੱਥੇ ਵੀ ਉਹਨਾਂ ਨੇ ਸਾਰੇ ਮੈਂਬਰ ਤੋੜ ਕੇ ਅੱਜ RSS ਨੂੰ ਦੇ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 103 ਸਾਲ ਪਹਿਲੇ ਬਣਾਈ ਗਈ, ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਹੋਈ ਉਸ ਕਮੇਟੀ ਨੂੰ ਤੋੜਨ ਦੇ, ਪਰ BJP ਨੇ ਉਹ ਕਮੇਟੀ ਵੀ ਤੋੜ ਕੇ ਹਰਿਆਣੇ ਦੀ ਅਲੱਗ ਕਮੇਟੀ ਬਣਾ ਦਿੱਤੀ, ਜਿੱਥੇ ਉਹਦੇ ਮੈਂਬਰ ਸਾਰੇ ਹੀ RSS ਦੇ ਮੈਂਬਰ ਬਣਾ ਦਿੱਤੇ। ਫਿਰ ਕਦੋਂ ਜਾਗੋਗੇ ਤੁਸੀਂ? ਆ ਸਾਰਾ ਕੁਝ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਫੌਜ, ਪੰਜਾਬੀਆਂ ਦੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਹੈ। ਆ ਨਤੀਜੇ ਸਾਰੇ ਉਹ ਹੈ, ਨੁਕਸਾਨ ਆਪਣਾ ਕਰਾ ਰਹੇ ਹੋ। ਆ ਤੁਸੀਂ ਦੇਖਿਆ ਹੀ ਹੈ, ਆਮ ਆਦਮੀ ਪਾਰਟੀ ਨੂੰ ਤੀਜੀ ਖੇਤਰ ਦੇ ਸੈਂਟਰ ਦੀ ਪਾਰਟੀ ਹੈ, ਪਿਛਲੇ ਇਲੈਕਸ਼ਨ ਕੱਲੇ ਕੰਧਾਂ ਤੇ ਲਿਖਦਾ, ਇੱਕ ਮੌਕਾ ਝਾੜੂ ਨੂੰ ਦੇ ਦਿਓ, ਕੇਜਰੀਵਾਲ ਨੂੰ ਦੇ ਦਿਓ। ਨਾ ਤੁਸੀਂ ਕੋਈ ਬੰਦਾ ਦੇਖਿਆ, ਨਾ ਦੇਖਿਆ ਕਿ MLA ਕੌਣ ਹੈ ਇਹਨਾਂ ਦਾ। ਵੋਟਾਂ ਪਾ ਕੇ 92 ਜਿਤਾ ਤੇ ਅਸੀਂ ਬੜਾ ਕਿਹਾ,
ਕਿ ਆ ਸਾਰੇ ਉਹ ਲੋਕ ਹੈ ਜਿਨ੍ਹਾਂ ਦਾ ਕਰੈਕਟਰ ਠੀਕ ਨਹੀਂ, ਆ ਉਹ ਲੋਕ ਹੈ ਜਿਹੜੇ ਇਕੱਲੇ ਲੁੱਟਣ ਵਾਸਤੇ ਆ ਰਹੇ ਹੈ। ਪਰ ਆਪਣੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ, ਆਪਣੀ ਮਾਂ ਪਾਰਟੀ ਨੂੰ ਹਰਾ ਕੇ ਤੁਸੀਂ ਦੇਖ ਲਓ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੁਹਾਡਾ। ਪੰਜ ਦਸ ਸਾਲ ਤੁਹਾਡੀ ਜ਼ਿੰਦਗੀ ਦੇ ਬਰਬਾਦ ਹੋ ਗਏ। ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤੇ, ਕੱਲੀ ਇੱਕ ਝੂਠੀ ਸਹੁੰ ਖਾਧੀ ਤੇ ਅੱਖਾਂ ਮੀਚ ਕੇ ਵੋਟਾਂ ਪਾਤੀਆਂ, ਹੁਣ ਝਾੜੂ ਵਾਲ ਦੇ ਤੇ। ਅੱਜ ਹਾਲਾਤ ਕੀ ਹੈ ਪੰਜਾਬ ਦੇ? ਗੁੰਡਾਗਰਦੀ ਦਾ ਲਾ, ਗੈਂਗਸਟਰ ਰਾਜ ਕਰ ਰਹੇ ਹੈ, ਲੁੱਟਕੋ ਹੋਈਆਂ ਜਾ ਰਹੀਆਂ, ਫਰੋਤੀਆਂ ਮੰਗੀ ਜਾ ਰਹੀਆਂ, ਇੰਡਸਟਰੀ ਭੱਜ ਕੇ ਪੰਜਾਬ ਤੋਂ ਡਰਦੀ ਉੱਤਰ ਪ੍ਰਦੇਸ਼ ਜਾਣ ਲੱਗ ਗਈ ਹੈ, ਵਪਾਰੀ ਛੱਡ ਕੇ ਬਾਹਰ ਜਾ ਰਹੇ ਹੈ। ਵਪਾਰ ਨਾਂ ਦਾ ਕੋਈ ਚੀਜ਼ ਹੀ ਨਹੀਂ, ਕੋਈ ਫੈਕਟਰੀ ਵਾਲਾ ਇੱਥੇ ਪੰਜਾਬ ਚ ਲਾਉਣ ਨੂੰ ਤਿਆਰ ਨਹੀਂ। ਉਹ ਕਹਿੰਦੇ ਇੱਥੇ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਨਹੀਂ। ਮੁੱਖ ਮੰਤਰੀ ਕਿਤੇ ਦਿਖਾਈ ਦਿੱਤਾ? ਐ ਲੱਗਦਾ ਕਿ ਸਾਡਾ ਕੋਈ ਮੁੱਖ ਮੰਤਰੀ ਹੈ, ਸਾਡਾ ਕੋਈ ਮੰਤਰੀ ਹੈ? ਕੋਈ ਵਰਕਰ ਕਹਿ ਸਕਦਾ ਕਿ ਮੈਨੂੰ ਆਹ ਤਕਲੀਫ ਹੈ, ਮੈਂ ਇੱਥੇ ਸਰਕਾਰ ਕੋਲੇ ਜਾ ਸਕੂੰਗਾ? ਨਸ਼ਾ ਘਰ ਘਰ ਫੈਲਾ ਦਿੱਤਾ, ਹੁਣ ਕਿਉਂ ਨਹੀਂ ਰੌਲਾ ਪਾਉਂਦੇ ਨਸ਼ੇ ਵਾਸਤੇ? ਮੈਂ ਪੁੱਛਿਆ SSP ਨੂੰ ਕਿ ਇਹ ਨਸ਼ਾ ਹੁਣ ਕਿਉਂ ਇੰਨਾ ਜ਼ਿਆਦਾ ਹੋ ਗਿਆ? ਉਹ ਕਹਿੰਦੇ ਕਿ ਸਾਨੂੰ ਹੁਕਮ ਮੁੱਖ ਮੰਤਰੀ ਦੇ ਹੈ ਕਿ ਜੋ MLA ਕਹਿੰਦੇ ਹੈ ਉਹਦੇ ਕਰਕੇ ਕਰਨਾ, ਤੇ MLA ਨੇ ਸਾਨੂੰ ਕਿਹਾ ਇੰਨਾ ਬੰਦਿਆਂ ਨੂੰ ਹੱਥ ਨਹੀਂ ਲਾਉਣਾ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਤੋਂ, ਕਿਉਂਕਿ ਮਹੀਨਾ ਲਈ ਜਾਂਦੇ ਆ, ਕੋਈ 10 ਲੱਖ ਰੁਪਇਆ ਮਹੀਨਾ ਲੈ ਰਿਹਾ, ਕੋਈ 15 ਲੱਖ ਰੁਪਇਆ ਮਹੀਨਾ ਲੈ ਰਿਹਾ। ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਪੰਜਾਬ ਦੀ ਜਵਾਨੀ ਜਿਉਂਦੀ ਹੈ ਕਿ ਮਰੀ ਹੈ। ਖਾਲਸਾ ਜੀ, ਆਪਣਾ ਘਰ ਪੰਜਾਬ ਹੈ, ਆਪਣਾ ਘਰ ਹੈ। ਜੇ ਇੱਥੇ ਅਮਨ ਸ਼ਾਂਤੀ ਨਹੀਂ ਰਹੂਗੀ, ਜੇ ਇੱਥੇ ਗੁੰਡਾਗਰਦੀ ਰਹੂਗੀ, ਜੇ ਇੱਥੇ ਕੋਈ ਵਪਾਰ ਨਹੀਂ ਹੋਊਗਾ, ਇੱਥੇ ਕੌਣ ਰਹੂਗਾ? ਜੇ ਆਪਾਂ ਗਲਤ ਫੈਸਲੇ ਲੈਂਦੇ ਹਾਂ ਤਾਂ ਹੀ ਉਹ ਨੁਕਸਾਨ ਹੁੰਦਾ। ਆਪਣੇ ਤੋਂ ਸਿਆਣੇ ਗੁਜਰਾਤ ਦੇ ਲੋਕ ਹੈ, ਉਹਨਾਂ ਨੂੰ ਪਤਾ ਕਿ ਸਾਨੂੰ ਜੋ ਕੁਝ ਮਿਲਦਾ ਮੋਦੀ ਸਾਹਿਬ ਕਰਕੇ ਮਿਲਦਾ। ਅੱਖਾਂ ਮੀਚ ਕੇ ਲਗਾਤਾਰ 30 ਸਾਲ ਹੋ ਗਏ ਮੋਦੀ ਦੀ ਸਰਕਾਰ ਰੱਖਦੇ, ਆਪਣੀ ਪਾਰਟੀ ਉੱਥੋਂ ਦੀ ਪਾਰਟੀ BJP ਸਰਕਾਰ ਰੱਖਦੇ ਆ। ਇੱਥੇ ਤੁਹਾਨੂੰ ਪਤਾ, ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਵਿੱਚ ਸੜਕਾਂ ਕਿਹਨੇ ਬਣਾਈਆਂ? ਅਕਾਲੀ ਦਲ ਨੇ। 4-lane ਐਕਸਪ੍ਰੈਸ ਵੇ ਕਿਹਨੇ ਬਣਾਏ? ਅਕਾਲੀ ਦਲ ਨੇ। ਥਰਮਲ ਪਲਾਂਟ ਬਿਜਲੀ ਦੇ ਕਿਹਨੇ ਬਣਾਏ? ਅਕਾਲੀ ਦਲ ਨੇ। ਏਅਰਪੋਰਟ ਕਿਹਨੇ ਬਣਾਏ? ਅਕਾਲੀ ਦਲ ਨੇ। ਤੁਹਾਡੇ ਟਿਊਬਵੈਲ ਕਨੈਕਸ਼ਨ, ਖੇਤੀ ਤੁਸੀਂ ਆਪਣੇ ਖੇਤ ਜਾਂਦੇ ਹੋ, ਤੁਹਾਡੇ ਟਿਊਬਵੈਲ ਕਨੈਕਸ਼ਨ ਕਿਹਨੇ ਦਿੱਤੇ? ਅਕਾਲੀ ਦਲ ਨੇ। ਉਹਦੇ ਮੁਫ਼ਤ ਬਿਜਲੀ ਕਿਹਨੇ ਪਾਈ ਦਿੱਤੀ? ਅਕਾਲੀ ਦਲ ਨੇ। ਨਹਿਰਾਂ ਕਿਹਨੇ ਕੱਢੀਆਂ? ਅਕਾਲੀ ਦਲ ਨੇ। ਮੰਡੀਆਂ ਕਿਹਨੀਆਂ ਬਣਾਈਆਂ? ਅਕਾਲੀ ਦਲ ਨੇ। ਖਾਲੇ ਕਿਹਨੇ ਬਣਾਏ? ਅੰਡਰਗਰਾਊਂਡ ਪਾਈਪ ਕਿਹਨੇ ਪਾਈਆਂ ਪੰਜਾਬ? ਅਕਾਲੀ ਦਲ ਨੇ। MSP ਕਣਕ ਦੇ ਝੋਨੇ ਤੇ ਨਹੀਂ ਹੁੰਦੀ ਸੀ 1960 ਦੇ ਨੇੜੇ? ਅਕਾਲੀ ਦਲ ਨੇ ਧਰਨਾ ਮੋਰਚੇ ਲਾ ਕੇ MSP ਲਾਗੂ ਕਰਾਈ, ਜਿਹੜੀ ਅੱਜ ਮਿਲ ਰਹੀ ਹੈ ਤੁਹਾਨੂੰ। ਗਰੀਬ ਨੂੰ ਆਟਾ ਦਾਲ ਕਿਹਨੇ ਦਿੱਤਾ? ਅਕਾਲੀ ਦਲ ਨੇ। ਸ਼ਗਨ ਕਿਹਨੇ ਸ਼ੁਰੂ ਕੀਤੇ? ਅਕਾਲੀ ਦਲ ਨੇ। ਪੈਨਸ਼ਨ ਅਕਾਲੀ ਦਲ ਨੇ। SC ਬੱਚਿਆਂ ਨੂੰ ਸਕਾਲਰਸ਼ਿਪ ਅਕਾਲੀ ਦਲ ਦਿੰਦੀ ਰਹੀ ਹੈ। ਇੱਕ ਨਿਸ਼ਾਨੀ ਦੱਸ ਦਿਓ, ਭਾਵੇਂ ਝਾੜੂ ਵਾਲੇ ਭਾਵੇਂ ਕਾਂਗਰਸ ਹੈ, ਇੱਕ ਨਿਸ਼ਾਨੀ। ਜੇ ਕਰਨਾ ਕੁਛ ਨਹੀਂ ਉਹਨਾਂ ਨੇ, ਪਰ ਤੁਹਾਡੇ ਉੱਤੇ ਤੁਹਾਡੀ ਪਾਰਟੀ ਨੂੰ ਕਈ ਅਜਿਹੀਆਂ ਤਾਕਤਾਂ ਲੱਗ ਜਾਂਦੀਆਂ।
ਕਈ ਅਜਿਹੀਆਂ ਏਜੰਸੀਆਂ ਲੱਗ ਜਾਂਦੀਆਂ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ। ਤੁਹਾਡੀ ਤਾਕਤ ਅਕਾਲੀ ਦਲ ਹੈ, ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਪਤਾ ਹੈ। ਜੇ ਪਾਰਟ ਆ ਫੌਜ ਨੂੰ ਕਮਜ਼ੋਰ ਕਰ ਦੋਗੇ ਤੇ ਆਪਣੇ ਆਪ ਹੀ ਪੰਜਾਬ ਤੇ ਤੁਹਾਡਾ ਕਾਬਜ਼ ਹੋ ਜਾਣਗੇ ਤੇ ਉਹ ਸਫਲ ਰਹਿ ਗਏ। ਪ੍ਰਚਾਰ ਕਰਤਾ ਥਾ ਕਿ ਅਕਾਲੀ ਦਲ ਨੇ ਬੇਅਦਬੀ ਕਰਾਈ। ਦੱਸੋ ਕਿਹੜੇ ਅਕਾਲੀ ਲੀਡਰ ਦੇ ਖਿਲਾਫ ਪਰਚਾ ਹੋਇਆ ਬੇਅਦਬੀ ਦਾ? 10 ਸਾਲ ਹੋ ਗਏ ਉਹਨਾਂ ਦੀਆਂ ਸਰਕਾਰਾਂ ਦਾ, ਜਿਹੜੀ ਹੁਣ ਬੇਅਦਬੀ ਹੋ ਰਹੀ ਹੈ। ਹੁਣ ਕਿਉਂ ਨਹੀਂ ਬੋਲਦੇ? ਕਿੱਧਰ ਗਏ ਦਾਦੂਵਾਲ ਸਾਹਿਬ, ਕਿੱਧਰ ਗਏ ਮੰਡ ਸਾਹਿਬ ਜਿਹੜੇ ਇੰਨੇ ਪ੍ਰਚਾਰ ਕਰਦੇ ਸੀ? ਉਹ ਬੀਜੇਪੀ ਦੇ ਮੈਂਬਰ ਹੈ, ਏਜੰਸੀਆਂ ਦੇ ਮੈਂਬਰ ਹੈ। ਦੇਖੋ ਅਕਾਲੀ ਦਲ ਕੌਮ ਦਾ ਸਰਮਾਇਆ, ਤੁਹਾਡੀ ਫੌਜ ਹੈ। ਅਕਾਲੀ ਲੀਡਰ ਉਹ ਹੈ, ਨਾ ਝੁਕਣ ਝੁਕਦੇ ਹੈ ਨਾ ਡਰਦੇ ਹੈ। ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਨੂੰ 16 ਸਾਲ NSA ਚ ਰੱਖਿਆ, 16 ਸਾਲ, 3-3 ਸਾਲ ਕਿਤੇ ਤਾਮਿਲਨਾਡੂ ਜੇਲ੍ਹ ਚ, ਕਿਤੇ ਜੱਬਲਪੁਰ ਜੇਲ੍ਹ, ਕਿਤੇ ਪੰਚਮੜੀ ਜੇਲ੍ਹ, ਕਿਤੇ ਲੀਡਰਾਂ ਨੂੰ ਨਾਗਾਲੈਂਡ ਦੀ ਜੇਲ੍ਹ ਚ ਰੱਖਿਆ। ਅਕਾਲੀ ਦਲ ਦੇ ਲੀਡਰਾਂ ਨੇ ਤਾਂ ਨਹੀਂ ਕਿਹਾ ਸਾਨੂੰ ਛੱਡ ਦਿਓ, ਅਸੀਂ ਤਾਂ ਨਹੀਂ ਕਿਹਾ ਕਿ ਸਾਨੂੰ ਛੁਡਾ ਦਿਓ। ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ, ਬਾਦਲ ਸਾਹਿਬ ਨੂੰ ਤਿਹਾੜ ਜੇਲ੍ਹ ਚ ਰੱਖਿਆ ਸੀ NSA ਦੇ ਥੱਲੇ, ਤੇ ਮਹਿਕਮੇ ਵਾਲੇ ਕਹਿੰਦੇ ਤੁਸੀਂ ਦਰਖਾਸਤ ਦੇ ਦਿਓ, ਪਰੋਲ ਲੈ ਲਓ। ਬਾਦਲ ਸਾਹਿਬ ਕਹਿੰਦਾ ਨਾ, ਭਾਵੇਂ ਮੇਰੀ ਬੇਟੀ ਦਾ ਵਿਆਹ, ਮੈਂ ਨਹੀਂ ਪਰੋਲ ਲੈਣੀ, ਨਾ ਨਾ ਮੈਂ ਜਮਾਨਤ ਤੇ ਆਊਂਗਾ। ਅਸੀਂ ਕੌਮ ਦੀ ਲੜਾਈ ਲੜ ਰਹੇ ਹਾਂ, ਅਸੀਂ ਕੋਈ ਡਰਦੇ ਨਹੀਂ ਥੋਤੋਂ। ਆ ਹੈ ਅਕਾਲੀ ਦਲ ਦਾ ਇਤਿਹਾਸ। ਨਾ ਅਸੀਂ ਕਿਤੇ ਅਕਾਲੀ ਦਲ ਨੇ ਨਹੀਂ ਕਿਹਾ ਵਰਕਰ ਨੇ ਕਿ ਸਾਨੂੰ ਜੇਲ੍ਹ ਤੋਂ ਛੱਡਿਆ ਜਾਏ। ਆਪਣੇ ਅਕਾਲੀ ਵਰਕਰ ਜਿੱਥੇ ਵੀ ਮੋਰਚਾ ਲੱਗਦਾ ਸੀ ਹੱਸ ਕੇ ਜਾਂਦੇ ਸੀ। ਆਈ ਸੀ ਵੱਡੀ ਤਾਕਤ ਆਪਣੀ ਕੌਮ ਦੀ। ਪਰ ਕਈ ਲੋਕ ਆ ਜਾਂਦੇ ਕੌਮ ਨੂੰ ਕਮਜ਼ੋਰ ਕਰਨਾ, ਕੌਮ ਨੂੰ ਕਰਨਾ, ਜਦੋਂ ਕੰਮ ਆਪਾਂ ਉਦੋਂ ਪਛਾਣਦੇ ਨਹੀਂ, ਪਰ ਜਦੋਂ ਨੁਕਸਾਨ ਹੋ ਜਾਂਦਾ ਫਿਰ ਬਾਅਦ ਚ ਕਹਿੰਦੇ ਓ ਹੋ ਹੋ ਕਿੰਨੀ ਦੇਰ ਤੁਸੀਂ ਇਹ ਜਾ ਨੁਕਸਾਨ ਆਪਣਾ ਕਰਾਈ ਜਾਓਗੇ। ਦੇਖੋ ਅਕਾਲੀ ਦਲ ਨੂੰ ਬਣਾਇਆ ਕੌਮ ਨੇ ਬਣਾਇਆ। 103 ਸਾਲ ਪਹਿਲੇ ਗੁਰੂ ਘਰਾਂ ਤੇ ਮਹੰਤਾਂ ਦਾ ਕਾਬਜ਼ ਸੀ, ਕਬਜ਼ੇ ਸੀ। ਉਹ ਮਹੰਤ ਇਹ ਜੇ ਬੁਰੀਆਂ ਘਟਨਾ ਕਰਦੇ ਸੀ, ਬੇਅਦਬੀਆਂ ਕਰਦੇ ਸੀ, ਤੇ ਆਪਣੇ ਬਜ਼ੁਰਗਾਂ ਨੇ ਉਹਨਾਂ ਨੂੰ ਉੱਥੋਂ ਕੱਢਿਆ। ਕਮੇਟੀ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਦੋਂ ਕਮੇਟੀ ਬਣਾਈ, ਦੇਖੋ ਕਿੰਨੀ ਸਿਆਣਪ ਸੀ ਹੁਣ ਆਪਣੇ ਬਜ਼ੁਰਗਾਂ ਦੇ। ਉਦੋਂ ਉਹਨਾਂ ਨੇ ਉਦੋਂ ਹੀ ਸੋਚ ਲਿਆ ਕਿ ਅੱਜ ਤਾਂ ਅਸੀਂ ਕਮੇਟੀ ਤੇ ਬਣਾ ਲਈ ਹੈ, ਜੇ ਫਿਰ ਤੋਂ ਸਾਡੇ ਤੇ ਹਮਲੇ ਹੋਏ ਸਾਨੂੰ ਇੱਕ ਤਾਕਤ ਤਾਂ ਚਾਹੀਦੀ ਹੈ। ਆਪਾਂ ਆਪਣਾ ਅਕਾਲੀ ਦਲ ਬਣਾਈਏ, ਆਪਣੀ ਫੌਜ ਬਣਾਈਏ। 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਕੋਈ ਬਾਦਲ ਪਰਿਵਾਰ ਦੀ ਜਾਇਦਾਦ ਨਹੀਂ ਹੈ, ਆ ਤੁਹਾਡੀ ਜਾਇਦਾਦ ਹੈ, ਤੁਹਾਡੀ ਕੌਮ ਦੀ ਜਾਇਦਾਦ ਹੈ, ਕੌਮ ਦੀ ਫੌਜ ਹੈ। ਜਿੰਨੀ ਤਕੜੀ ਆਪਣੀ ਫੌਜ ਰੱਖੋਗੇ ਓਨੇ ਤਾਕਤਵਰ ਰਹੋਗੇ। ਅੱਜ ਅਮਰੀਕਾ ਤੇ ਕੋਈ ਦੁਨੀਆ ਦਾ ਦੇਸ਼ ਹਮਲਾ ਨਹੀਂ ਕਰ ਸਕਦਾ, ਡਰਦਾ। ਉਹਨਾਂ ਨੂੰ ਪਤਾ ਕਿ ਜੇ ਅਮਰੀਕਾ ਨਾਲ ਪੰਗਾ ਲਿੱਤਾ ਸਾਨੂੰ ਖਤਮ ਕਰ ਦੇਣਗੇ, ਕਿਉਂਕਿ ਫੌਜ ਤੋਂ ਡਰਦੇ ਹੈ। ਤੁਸੀਂ ਜਿਹੜੀ ਇੰਨੀ ਵੱਡੀ ਤਾਕਤਵਰ ਫੌਜ ਸੀ, ਗੱਲਾਂ ਚ ਆ ਕੇ
ਆਪਣੀ ਫੌਜ ਨੂੰ ਕਰ ਦਿੱਤਾ। ਅੱਜ ਤੁਹਾਡੇ ਕਿਸਾਨਾਂ ਨੂੰ ਬਾਰਡਰ ਨਹੀਂ ਟੱਪਣ ਦਿੰਦੇ, ਆ ਸੈਂਟਰ ਦੀਆਂ ਪਾਰਟੀਆਂ ਨੇ ਤੁਹਾਡਾ ਬਾਰਡਰ ਨਹੀਂ ਟੱਪਣ ਦਿੱਤਾ ਕਿਉਂਕਿ ਤੁਹਾਡੀ ਫੌਜ ਕਮਜ਼ੋਰ ਹੈ, ਤੁਸੀਂ ਆਪ ਆਪਣੀ ਕੀਤੀ ਹੈ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਆ ਜਿਹੜੇ ਬਾਰਡਰ ਜਿਵੇਂ ਇਹਨਾਂ ਨੇ ਸੀਲ ਕੀਤੇ, ਤੁਹਾਡੇ ਪੰਜਾਬ 'ਚ ਜਾ ਕੇ ਉਹਨਾਂ ਨੇ ਬੰਬ ਸਿੱਟੇ, ਪੰਜਾਬ ਦੀ ਦਿੱਲੀ ਦੀ ਪਾਰਟੀ ਦੀ ਸਰਕਾਰ ਇਕੱਠੀਆਂ ਸਹੀ ਬਣੇ ਤੇ ਅਮਿਤ ਸ਼ਾਹ ਤੇ ਭਗਵੰਤ ਮਾਨ ਇੱਕ ਹੋ ਗਏ। ਜਲਦੀ ਤੁਸੀਂ ਦੇਖੋਗੇ ਜਦੋਂ ਇਲੈਕਸ਼ਨ ਖਤਮ ਹੋਇਆ, ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਬਣਾ ਲੈਣੀ ਹੈ ਬੀਜੇਪੀ ਦੀ ਸਪੋਰਟ ਦੇ ਨਾਲ, ਇਕੱਠੇ ਹੈ, ਨਿਸ਼ਾਨਾ ਇੱਕੋ ਇੱਕ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰੋ। ਸਾਨੂੰ ਬੜਾ ਸੌਖਾ ਸੀ, ਸਾਨੂੰ ਕਹਿੰਦੇ ਸੀ ਸਮਝੌਤੇ ਕਰ ਲਓ, ਪਰ ਨਹੀਂ, ਸਾਡੇ ਵਾਸਤੇ ਅਸੂਲ ਜ਼ਿਆਦਾ ਜ਼ਰੂਰੀ ਹੈ। ਮੈਂ ਪਹਿਲੇ ਵੀ ਕਿਹਾ ਸੀ, ਮੈਂ ਹੁਣ ਵੀ ਕਹਿੰਦਾ, ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਸਤੀਜ ਤੇ, ਕੌਮ ਦੀ ਪ੍ਰਸਤੀਜ ਤੇ, ਪੰਜਾਬੀਆਂ ਦੇ ਪ੍ਰਸਤੀਜ ਤੇ ਕੰਪਰੋਮਾਈਜ਼ ਨਹੀਂ ਕਰ ਸਕਦਾ। ਜੇ ਬਾਦਲ ਸਾਹਿਬ ਨੂੰ ਸੌਖਾ ਰਸਤਾ ਲੱਭਣਾ ਸੀ ਅਕਾਲੀ ਦਲ ਨੂੰ, ਤੇ ਫਿਰ ਬਾਦਲ ਸਾਹਿਬ ਨੂੰ ਨੇ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ। ਅਸੀਂ, ਸਾਡੇ ਵਾਸਤੇ ਸਰਕਾਰ ਜ਼ਰੂਰੀ ਨਹੀਂ, ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਸਰਕਾਰ ਬਣਾਉਣ ਵਾਸਤੇ ਲੜਦੀ ਨਹੀਂ ਹੈ, ਸੇਵਾ ਕਰਨ ਵਾਸਤੇ ਲੜਦੀ ਹੈ, ਜ਼ੁਲਮ ਦੇ ਖਿਲਾਫ ਲੜਾਈ ਲੜਦੀ ਹੈ। 103 ਸਾਲਾਂ ਦੇ ਅੰਦਰ ਮਸਾ 20-22 ਸਾਲ ਆਪਣੀ ਸਰਕਾਰ ਬਣੀ ਹੈ, ਆ ਬਾਕੀ ਸਮਾਂ ਤਾਂ ਆਪਾਂ ਸੰਘਰਸ਼ ਹੀ ਕੀਤਾ, ਜੇਲ੍ਹਾਂ ਭਰੀਆਂ, ਕਿਸਾਨਾਂ ਦੀ ਲੜਾਈ ਲੜੀ ਹੈ, ਗਰੀਬ ਦੀ ਲੜਾਈ ਕਰੀ ਹੈ, ਖਾਲਸਾ ਪੰਥ ਦੀ ਲੜਾਈ ਲੜੀ ਹੈ, ਪੰਜਾਬ ਦੀ ਲੜਾਈ ਲੜੀ ਹੈ, ਦੂਜੀਆਂ ਦੱਸ ਦਿਓ ਕਿਹੜੀ ਪਾਰਟੀ ਲੜਦੀ ਹੈ। ਪਰ ਆਪਾਂ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਹਾਂ। ਇਸ ਕਰਕੇ ਬੇਨਤੀ ਹੈ, ਆ ਜਿਹੜੀ ਲੜਾਈ ਹੈ ਤੁਹਾਡੀ ਆਪਣੀ ਪੰਜਾਬ ਦੀ, ਖਾਲਸਾ ਪੰਥ ਤੁਹਾਡੀ ਲੜਾਈ ਹੈ, ਇੱਕ ਪਾਸੇ ਤੁਸੀਂ ਹੋ, ਪੰਜਾਬ ਹੈ, ਪੰਜਾਬ ਦੀ ਕਿਸਾਨੀ ਹੈ, ਪੰਜਾਬ ਦੇ ਪੰਜਾਬੀ ਹੈ, ਪੰਜਾਬ ਦੇ ਗਰੀਬ ਹੈ, ਕਿਸਾਨ ਹੈ, ਮਜ਼ਦੂਰ ਹੈ, ਵਪਾਰੀ ਹੈ, ਦੂਜੇ ਪਾਸੇ ਦਿੱਲੀ ਵਾਲੇ ਹੈ। ਆਓ ਫੈਸਲਾ ਕਰ ਲਓ, ਜਿਵੇਂ ਇਹਨਾਂ ਦਿੱਲੀ ਵਾਲੇ ਸਰਕਾਰ ਨੇ ਬਾਰਡਰ ਸੀਲ ਕਰਤਾ, ਉਵੇਂ ਫੈਸਲਾ ਕਰ ਲਓ 1 ਜੂਨ ਨੂੰ ਤੁਸੀਂ ਵੀ ਬਾਰਡਰ ਸੀਲ ਕਰ ਦਿਓ। ਫੈਸਲਾ ਕਰ ਲਓ ਕਿ ਇੱਕ ਵੀ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਦੇਣੀ, ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦੇਣੀਆਂ। ਤੇ ਮੈਂ ਤੁਹਾਨੂੰ ਕਹਿ ਸਕਦਾ, ਜੋਸ਼ੀ ਜੀ ਇੱਕ ਵਧੀਆ ਇਨਸਾਨ ਹੈ, ਦਲੇਰ ਹੈ, ਹਿੰਮਤੀ ਹੈ, ਇਹਨਾਂ ਦੇ ਦਿਲ ਚ ਜਜ਼ਬਾ ਹੈ, ਮੇਰੇ ਨਾਲ ਮੰਤਰੀ ਰਹੇ ਹੈ। ਤੇ ਮੈਂ ਦੇਖਿਆ ਅੰਮ੍ਰਿਤਸਰ ਵਿੱਚ, ਜਿਵੇਂ ਅਸੀਂ ਅੰਮ੍ਰਿਤਸਰ ਦੀ ਪਲੈਨਿੰਗ ਕਰਦੇ ਸੀ, ਮੇਰੇ ਨਾਲ ਹੁੰਦੇ ਸੀ, ਆ ਸਾਰੀ ਪਲੈਨਿੰਗ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਨੇ ਦੇਖੋ ਕਿੰਨੇ ਕੰਮ ਕਰਾਏ ਹੈ। ਉਹ ਮਜੀਠੀਆ ਸਾਹਿਬ ਬੈਠੇ ਹੈ, ਅਸੀਂ ਇਕੱਠੇ ਇੱਕ ਟੀਮ ਹੈ। ਤੇ ਮੈਂ ਬੇਨਤੀ ਕਰਦਾ ਮਾਝੇ ਵਾਲਿਓ, ਜੇ ਤੁਸੀਂ ਨਾ ਇਕੱਠੇ ਹੋਏ, ਜੇ ਐਕਟੀ ਵੀ ਆਪਾਂ ਇਹਨਾਂ ਦੀਆਂ ਗੱਲਾਂ 'ਚ ਆ ਗਏ, ਏਜੰਸੀਆਂ ਦੇ ਗੱਲਾਂ 'ਚ ਆ ਗਏ, ਉਹਨਾਂ ਦੀਆਂ ਪਾਰਟੀਆਂ ਦੀ ਗੱਲਾਂ 'ਚ ਆ ਗਏ, ਜੇ ਨੁਕਸਾਨ ਕਰਾਤਾ, ਨੁਕਸਾਨ ਤੁਹਾਡਾ ਹੋ ਜਾਣਾ, ਫਿਰ ਭੁਗਤਣਾ ਵੀ ਆਪਾਂ ਨੂੰ ਪੈਣਾ। ਮੈਂ ਤੈਨੂੰ ਅੱਜ ਦੱਸਦਾ, ਫਿਰ ਬਾਅਦ 'ਚ ਨਾ ਕਿਹੋ ਜਾਂ ਕੀ ਹੋ ਗਿਆ ਆਪਣੇ ਪੰਜਾਬ ਨੂੰ। ਜੋਧਾ ਜੀ ਕਿੱਥੇ ਹੈ? ਇਹਦੀ ਗਰੰਟੀ ਤਾਂ ਮੈਂ ਦਿੰਦਾ। ਦੇਖੋ ਸਮਰਾਜ ਸਾਹਿਬ ਨਰ ਬੰਦੇ ਆ, ਵਫ਼ਾਦਾਰ, ਕਿੱਲ ਵਾਂਗੂ ਖੜੇ ਆ, ਇਹ ਜਿਹੇ ਲੋਕ ਚਾਹੀਦੇ ਆ। ਕਈ ਇਹ ਜਿਹੀਆਂ ਅੱਜ ਕੱਲ੍ਹ ਤਿਤਲੀਆਂ
ਜੇ ਜਿੱਥੇ ਫੁੱਲ ਦੇਖਦੇ ਨਾ ਉੱਥੇ ਜਾ ਕੇ ਬਹਿ ਜਾਂਦੀਆਂ। ਅੱਜ ਕੱਲ੍ਹ ਪਤਾ ਹੀ ਲੱਗਦਾ, ਮੈਂ ਸਵੇਰੇ ਦੇਖਦਾ ਅੱਜ ਕੌਣ ਗਿਆ ਉੱਡ ਕੇ, ਕਿਸੇ ਪਾਰਟੀ ਦਾ ਕੋਈ ਪਤਾ ਨਹੀਂ ਕਿਹੜਾ ਉੱਡ ਕੇ ਕਿੱਥੇ ਬਹਿ ਜਾਂਦਾ। ਉਹ ਸ਼ੇਰ ਉਹੀ ਹੁੰਦੇ ਆ ਜਿਹੜੇ ਡਟ ਕੇ ਖੜੇ ਰਹਿੰਦੇ ਆ। ਆਈ ਇਤਿਹਾਸ ਅਕਾਲੀ ਦਲ ਦਾ, ਸਾਡੇ ਵਾਸਤੇ ਨਾ ਕੋਈ ਸਰਕਾਰ ਜ਼ਰੂਰੀ ਹੈ, ਨਾ ਸਾਡੇ ਵਾਸਤੇ ਕੋਈ ਗਨਮੈਨ ਜ਼ਰੂਰੀ ਹੈ, ਸਾਡੇ ਵਾਸਤੇ ਪੰਜਾਬ ਦੀ ਜਨਤਾ ਤੇ ਖਾਲਸਾ ਪੰਥ ਜ਼ਰੂਰੀ ਹੈ ਤੇ ਉਹਨਾਂ ਦੀ ਚੜ੍ਹਦੀ ਕਲਾ ਜ਼ਰੂਰੀ ਹੈ।